ਆ ਵੇਖ ਲੋ ਬੰਦਾ ਟੈਂਕੀ ਦੇ ਵਿੱਚ ਵੜਿਆ, ਵਿਕਾਸ ਟੈਂਕੀ ਦੇ ਵਿੱਚ ਵੜਿਆ। ਵਿਕਾਸ ਕਿੱਦਾਂ ਹੋ ਗਈ ਸਾਹਿਬ? ਹਾਂਜੀ ਸਰ, ਹੋ ਗਏ। ਹੁਣ ਕਿੰਨਾ ਕੁ ਰਹਿ ਗਿਆ? ਫ੍ਰੀ ਟੈਂਕੀ 2000 ਰੁਪਈਆ। ਅੱਛਾ, ਫ੍ਰੀ ਟੈਂਕੀ 2000 ਰੁਪਈਆ, ਚੰਗੀ ਤਰ੍ਹਾਂ ਨਵੀਂ ਹੋ ਜਾਏਗੀ, ਹਰ ਸ਼ੈ ਅੰਦਰੋਂ ਭਰੀ ਆ, ਸ਼ੀਸ਼ੇ ਵਾਂਗੂ ਹੋ ਜਾਏਗੀ। ਆ ਵੇਖੋ ਕੈਮੀਕਲ ਇਸਤੇਮਾਲ ਕਰਨੀ ਹੈ, ਵੇਖੋ ਇਹ ਕੈਮੀਕਲ ਆ ਨਾਲ, ਇਹ ਆਮ ਕੈਮੀਕਲ ਨਹੀਂ ਹੈ, ਇਹ ਉਹ ਕੈਮੀਕਲ ਆ ਜਿਹੜਾ ਸੀਮ ਅੰਦਰੋਂ ਜ਼ਿੰਦਾ ਕਰਕੇ ਬਾਹਰ ਕੱਢ ਦਿੰਦਾ। ਜਿਹੜੇ ਬੱਚੇ ਬਿਮਾਰ ਹੋਣੇ ਨੇ ਉਹ ਵਜੂਹਾਤ ਇਹੀ ਹੈ। ਅੱਛਾ, ਉਹਨਾਂ ਜਰਾਸੀਮ ਜਿਹੜੇ ਪਾਣੀ ਦੇ ਵਿੱਚ ਅੰਦਰ ਹੀ ਆ ਰਹੇ ਹੋਣੇ, ਪਤਾ ਲੱਗ ਜਾਣਾ ਵੀ ਆ ਬਿਮਾਰੀ ਪੈ ਗਈ ਤੇ ਦਿਲ ਕਰ ਸਾਰੇ ਟੈਂਕੀ ਖਾਣੀ ਸ਼ੁਰੂ ਕਰ ਦੇ। ਹਾਂ ਨਹੀਂ ਇਦਾਂ ਹੀ ਲੋ ਜੀ, ਉਹ ਵੇਖਿਆ ਨਾ ਵਿਕਾਸ ਵੜਿਆ ਹੁਣ ਟੈਂਕੀ ਦੇ ਵਿੱਚ। ਇਹਦੇ ਵਿੱਚ ਪੰਜ ਕੁਪੀਆਂ ਪਾਣੀਆਂ ਭੈਣ, ਆਸਟ੍ਰੇਲੀਆ ਨਿਕਲ ਰਿਹਾ ਆਸਟ੍ਰੇਲੀਆ। ਹਾਂ, ਜਿਹੜੇ ਅੱਜ ਕੱਲ੍ਹ ਦੇ ਸਾਡੇ ਡਿੰਗੀ ਵਾਲੀ ਜਿਹੜੀ ਬਿਮਾਰੀ ਕਹਿੰਦੇ ਨੇ, ਇਹ ਵੀ ਕੀੜੇ ਪਲਣ ਡੇ ਆ, ਤੇ ਉਹ ਕਿਸੇ ਉਹ ਸਾਨੂੰ ਇਹ ਡਰ ਆ ਕਿਸੇ ਪਤਾ ਨਾ ਲੱਗ ਜਾਵੇ, ਸਾਨੂੰ ਇਹ ਡਰ ਕਿਸੇ ਪਤਾ ਨਾ ਲੱਗ ਜਾਵੇ ਕਿਸੇ ਗੌਰਮੈਂਟ ਨੂੰ ਕਿਤੇ ਲੋਕਾਂ ਨੂੰ ਟੈਂਕੀਆਂ ਸਾਫ਼ ਕਰਨ ਦੇ ਲਾਲਣ, ਅਸੀਂ ਤਾਂ ਹੁਣ ਮਜ਼ਬੂਰੀ ਕਰਨ ਡੇ ਆ। ਯਕੀਨ ਕਰੋ ਇਹ ਜਿਹੜੇ ਕੀੜੇ ਪਲਣ ਡੇ ਆ, ਛੱਡ ਗੱਲਾਂ ਦਿਓ, ਇਹ ਬੱਚਿਆਂ ਦੇ ਪੇਟ ਦੀ ਬਿਮਾਰੀ, ਪੇਟ ਦੀ ਦਰਦ ਕਿਉਂ ਰਹਿੰਦੀ ਹੈ, ਇਹੀ ਵਜ੍ਹਾ ਜੀ। ਇਹ ਡਾਕਟਰ ਤੁਹਾਨੂੰ ਨਾ ਅਸਲ ਗੱਲ ਦੱਸ ਸਕਦੇ ਨੇ, ਉਹਨਾਂ ਕਹਿੰਦੇ ਜੀ ਅਸੀਂ ਦੱਸ ਦਿੱਤੀ ਅਤੇ ਅਸੀਂ ਕਿੱਥੋਂ ਖਾਣਾ। ਗੱਲ ਸਹੀ ਹੈ ਜੀ, ਮੈਂ ਉਹ ਗੱਲ ਗਲਤ ਨਹੀਂ ਕੀਤੀ। ਜਾਂ ਪਾਪੜ ਵੇਖੋ ਵਿਕਦੇ ਪਏ ਨੇ ਬਾਜ਼ਾਰਾਂ ਦੇ ਵਿੱਚ, ਨਾਲੇ ਗੌਰਮੈਂਟ ਖਾਣ ਡਈ ਹੈ, ਨਾਲੇ ਉਹ ਜਿਹੜੇ ਹੁੰਦੇ ਨੇ ਫੂਡ ਵਾਲੇ ਉਹ ਵੀ ਖਾਈ ਜਾਂਦੇ, ਉਹਨਾਂ ਨੂੰ ਮੰਥਲੀ ਘਰ ਪਹੁੰਚ ਜਾਂਦੀ ਹੈ ਟਾਈਮੋ ਟਾਈਮ, ਅਤੇ ਡਾਕਟਰਾਂ ਦਾ ਹੀ ਫਾਇਦਾ ਹੋਣ ਡਿਆ ਵਾ, ਅਤੇ ਨਿਆਣੇ ਬਿਮਾਰ ਹੋਣ ਡੇ ਆ, ਅਤੇ ਇਹ ਫਾਇਦਾ ਵਾ। ਮੇਰੀ ਗੱਲ ਸੁਣੋ, ਇਹ ਜੇ ਉਹ ਡਾਕਟਰ ਜਾਂ ਮੈਡੀਸਨ ਵੀ ਵਿਕਦੀ ਹੈ ਬੜੀ ਬੜੀ ਮਹਿੰਗੀ, ਲੋਕ ਵਿਚਾਰੇ ਪਤਾ ਨਹੀਂ ਕਿਹੜੀ ਕਿਹੜੀ ਸ਼ਾਇਦ ਵੇਚ ਕੇ ਆਪਣੇ ਬੱਚਿਆਂ ਦਾ ਇਲਾਜ ਕਰਾਉਂਦੇ ਆ। ਹੁਣ ਅਸਲ ਤਹਿ ਤੀਕਰ ਜਾਂਦੇ ਨਹੀਂ, ਚਲੋ ਅਸੀਂ ਯਾਰ ਪਾਪੜ ਹੀ ਬੰਦ ਕਰਾ ਲਈਏ, ਉਹ ਕਰੇਲਾ ਪਾਪੜ ਆ। ਹੁਣ ਬੰਦਾ ਟੈਂਕੀ 'ਚ ਅਸੀਂ ਵਾੜਿਆ, ਗਰਮੀ ਕਿੰਨੀ ਆ, ਇਹਨੂੰ ਗਰਮੀ ਨਹੀਂ ਲੱਗਦੀ ਹੋਏਗੀ? ਸਰਫ ਦਾ ਵੱਡਾ ਪੈਕਟ ਕਿੰਨੇ ਵਾਲਾ ਪਾਇਆ ਭਾਜੀ? 100 ਰੁਪਏ ਵਾਲਾ ਏਰੀਅਲ ਪਾਇਆ ਕਿ ਦੂਜਾ? ਜਿਹੜੀ ਟੈਂਕੀ ਕਰਾਂਗਾ ਉਹਨਾਂ ਕੋਲ ਪੂਰੇ ਪੈਸੇ ਲਾਂਗਾ। ਕਿਸੇ ਨੂੰ ਸਾਫ ਸੁਥਰਾ ਕਰਾਣੀ ਹੋਵੇ ਤੇ ਭਾਈ ਸਾਡੇ ਕੋਲ ਆ ਜਿਹੜਾ ਬੰਦਾ ਜੇ ਰੋਮੀਓ, ਇਹਨੂੰ ਹੁਣ ਕੰਮ ਕੋਈ ਨਹੀਂ, ਵਿਹਲਾ ਵਾ, ਇਹ ਦੁਨੀਆ ਕੰਮ ਕਰਨੀ ਹੈ, ਇਹ ਵਿਹਲਾ ਫਿਰਦਾ। ਚਿੱਟਾ ਸੂਟ ਪਾਈ ਫਿਰਦੇ ਢਿੱਲੂ ਨੇ, ਕਹਿੰਦਾ ਢਿੱਲੂ ਨੇ ਚਿੱਟਾ ਕਿਉਂ ਪਾਇਆ ਸੂਟ?
ਇਹੀ ਗੱਲ ਆ, ਤੁਸੀਂ ਬੰਦਾ ਵੇਖ ਲੋ ਟੈਂਕੀ ਦੇ ਵਿਚ ਵੜਿਆ, ਇਹ ਲਾਗੀ ਕਰੂੰਗਾ ਬੰਦਾ ਵਿਚ ਵੜਿਆ ਨਜ਼ਰ ਆ ਗਿਆ ਇਹਨੂੰ ਆ ਹੁਣ ਥੱਲੇ ਸਰ ਬੜਾ ਵਾ ਮੇਰਾ ਧਿਆਨ ਨਾ ਜਾਣਾ ਵਾ ਤਾਂ ਕਿ ਵਿੱਚ ਆ ਵੇਖੋ ਹਾਂ ਵੀ ਟੈਂਕੀ ਦਾ ਮੌਸਮ ਬੜਾ ਸੇਕ ਆ ਯਾਰ ਅੰਦਰ ਟੈਂਕੀ ਚ ਮੇਰੇ ਅੰਦਰ ਬਾਹਰੋਂ ਆਵਾਜ਼ ਹੋਣੀ ਨਹੀਂ ਕੀ ਤਦਾਮ ਨਾ ਧੋਣੇ ਇੰਨਾ ਸੇਕ ਅੰਦਰ ਯਾਰ ਇਹ ਭਾਜੀ ਇਹ ਚ ਬਲੀਚ ਪਾਇਆ ਤਿੰਨ ਬੋਤਲਾਂ ਜਿਹੜੇ ਬੱਚੇ ਬਿਮਾਰ ਨੇ ਉਹ ਹਟ ਜਾਣਗੇ ਹਟ ਜਾਣਗੇ ਹੁਣ ਡਾਕਟਰਾਂ ਨੇ ਨੁਕਸਾਨ ਹੋਣ ਡਿਆ ਉਹ ਟੈਂਕੀ ਦੇ ਵਿੱਚੋਂ ਬੜੇ ਕੀੜੇ ਨਿਕਲੇ ਯਾਰ ਪਾਛੇ ਉਹ ਹੁਣ ਵੇਖੋ ਨਾ ਜਦੋਂ ਸਾਫ ਹੀ ਨੀ ਕਰਨੀ ਕੀੜੇ ਕਿੱਦਾਂ ਪੈਦਾ ਹੋ ਗਏ ਮੈਨੂੰ ਇਹ ਚੀਜ਼ ਦੀ ਸਮਝ ਨੀ ਆਈ। ਹੋਰ ਲੋਕੀ ਕਿਸੇ ਦੁਕਾਨ ਤੇ ਜਾਵੇ ਨਾ ਅਮਰੂਦ ਲੈਣ ਵਿੱਚੋਂ ਨਿਕਲ ਆਵੇ ਕੀੜਾ, ਉਹ ਕਵੇ ਨਾ ਆਪਣਾ ਗਾਹਕ ਯਾਰ ਕੀੜਾ ਨਿਕਲ ਆਇਆ, ਦੁਕਾਨਦਾਰ ਕੋ ਕਹਿੰਦਾ ਵਾ ਕੀੜਾ ਨਿਕਲ ਆਇਆ ਕਹਿੰਦਾ ਕੱਲ ਇੱਕ ਬੰਦੇ ਦਾ ਜਾਮਾ ਨਿਕਲ ਆਇਆ, ਏਦਾਂ ਹੀ ਆ ਇਹ ਹੁਣ ਨਾ ਇਹ ਹਿਸਾਬ ਤਾਬ ਬਣਿਆ ਪਿਆ। ਇਹ ਟੈਂਕੀ ਹੁਣ ਮੁੱਦੀ ਕੀਤੀ ਆ, ਕੀੜੇ ਸਾਡੇ ਵਿੱਚ ਬਹੁਤ ਆ ਤੇ ਸਾਰਿਆਂ ਨੂੰ ਚਾਹੀਦਾ ਵਾ ਹੁਣ ਨਾ ਆਪਣੀ ਆਪਣੀ ਟੈਂਕੀ ਆ ਨਾ ਜਿਹੜੀ ਇੱਕ ਵਾਰੀ ਖੋਲ ਕੇ ਵੇਖਿਆ ਕਰੋ। ਹਾਂਜੀ ਜੇ ਉੱਥੇ ਢੱਕਣ ਨਹੀਂ ਹੈਗਾ ਉੱਥੇ ਢੱਕਣ ਲਵਾਓ ਜਾਂ ਉੱਥੇ ਛਾਪੜ ਪਾੜ ਦਿਓ, ਕੋਈ ਵੀ ਐਸੀ ਚੀਜ਼ ਪਾ ਦਿਓ ਜਿਹੜੀ ਇਹਦੇ ਵਿੱਚ ਤਾਂ ਮਿੱਟੀ ਜਾਵੇ ਨਾ ਕੋਈ ਮਸਲਾ ਕੋਈ ਮਸਾਲ ਹੋਵੇ ਠੀਕ ਆ। ਅਤੇ ਬਾਕੀ ਜਿਹੜੀ ਹੁਣ ਉਹ ਟੈਂਕੀ ਦੇ ਵਿੱਚੋਂ ਨਿਕਲੇ ਕੀੜੇ ਠੀਕ ਆ, ਉਹ ਤੁਹਾਡੀ ਟੈਂਕੀ 'ਚ ਵੀ ਕੀੜੇ ਹੋ ਸਕਦੇ ਆ। ਬਰ ਹਾਲੇ ਤੁਸੀਂ ਆਪਣੀਆਂ ਟੈਂਕੀਆਂ ਚੈੱਕ ਕਰੋ, ਵਾਟਰ ਟੈਂਕੀਆਂ ਚੈੱਕ ਕਰੋ, ਉਹਦੇ ਵਿੱਚ ਕੀੜੇ ਤਾਂ ਨਹੀਂ ਹੈ, ਕੋਈ ਮਸਲਾ ਤਾਂ ਨਹੀਂ ਹੈ, ਢੱਕਣ ਖੋਲੋ। ਹਾਂਜੀ ਉਹ ਪਾਣੀ ਪੀ ਕੇ ਕਹਿੰਦੇ ਕਿ ਪਾਣੀ ਸਹੀ ਨਹੀਂ ਹੈਗਾ ਇੱਦਾਂ ਇੱਦਾਂ, ਪਹਿਲੇ ਟੈਂਕੀ ਖੋਲ੍ਹ ਕੇ ਚੈੱਕ ਕਰੋ। ਅਸੀਂ ਭਾਈ ਅੱਜ ਟੈਂਕੀ ਖੋਲ੍ਹੀ ਸਾਨੂੰ ਪਤਾ ਲੱਗਾ ਵਿੱਚ ਕੀੜੇ ਐਡੇ ਕੀੜੇ ਆ, ਉਹ ਪਾਣੀ ਦੇ ਵਿੱਚ ਅੰਦਰ ਹੀ ਜਾਂਦੇ ਆ, ਹੋਰ ਕੁਛ ਨਹੀਂ ਹੁੰਦਾ ਹੈਗਾ ਇਹ ਚੀਜ਼। ਬਸ ਅਖਤਿਆਤ ਕਰੋ ਜ਼ਰਾ ਥੋੜ੍ਹੀ ਵੀਡੀਓ ਦੇਖੀ ਆ ਤੁਸੀਂ ਪਹਿਲਾਂ ਪਾਣੀ ਕੱਢੋ ਯਾਰ।
ਦੱਸਣਾ ਟੈਂਕੀ ਬੜੀ ਗੰਦੀ ਸੀ ਤੁਹਾਨੂੰ ਅੱਗੇ ਮੈਂ ਕੀੜੇ ਦਿਖਾਏ ਇੰਨੇ ਇੰਨੇ ਕੀੜੇ ਤੁਹਾਨੂੰ ਮੈਂ ਅੱਗੇ ਵੀ ਕਿਹਾ ਸੀ ਆਪਣੇ ਹੁਣ ਗਰਮੀਆਂ ਆ ਗਈਆਂ ਵਾ ਤੇ ਤੁਸੀਂ ਟੈਂਕੀ ਖੋਲ ਕੇ ਚੈੱਕ ਕਰਿਆ ਕਰੋ ਵੀ ਕੀੜੇ ਤੇ ਨਹੀਂ ਹੈਗੇ ਚੈੱਕ ਕਰਿਆ ਕਰੋ ਬਾਕੀ ਆ ਵੇਖੋ ਕੈਮਰਾਮੈਨ ਜਰਾ ਦਿਖਾਓ ਆ ਵੇਖ ਲਓ ਉੱਤੋਂ ਪਾਣੀ ਆ ਰਿਹਾ ਵਾ ਇੱਧਰੋਂ ਆ ਰਿਹਾ ਹੁਣ ਇੱਧਰ ਲਿਆਓ ਜਰਾ ਮੈਂ ਤੁਹਾਨੂੰ ਮੇਰੇ ਕਹਿਣ ਦਾ ਮੋਟਰ ਬੰਦ ਕਰਾ ਦਿਓ ਮੋਟਰ ਉਹ ਪਾਣੀ ਆਉਣ ਦਿਆ ਮੋਟਰ ਬੰਦ ਕਰਾ ਦਿਓ ਮੋਟਰ ਬੰਦ ਕਰਾ ਦਿਓ ਕਰਾ ਦਿਓ ਮੋਟਰ ਬੰਦ ਓਏ ਤੂੰ ਤੇ ਕੀ ਆ ਉੱਤੇ ਥੱਲੇ ਆਇਆ ਥੱਲੇ ਆਇਆ ਤੂੰ ਵੇਖ ਲਾ ਉੱਤੇ ਤੂੰ ਹਟਦਾ ਨੀ ਤੂੰ ਥੱਲੇ ਆਇਆ ਬਾਹਰ ਟੈਂਕੀ ਹੋ ਗਈ ਸਾਫ ਠੀਕ ਆ ਇਹ ਵਿਕਾਸ ਟੈਂਕੀ ਹੁਣ ਵਿਕਾਸ ਕੀ ਬਣਿਆ ਹੁਣ ਓਕੇ ਆ ਹੋ ਗਈ ਓਕੇ ਬਾਬਾ ਦੋ ਭਾਈ ਦੋ ਘੰਟੇ ਮਿਹਨਤ ਕੀਤੀ ਆ ਟੈਂਕੀ ਦੇ ਵਿੱਚ ਗਰਮੀ ਜਿਹੀ ਵੜ ਕੇ ਮੈਂ ਅੱਗੇ ਵੀ ਤੁਹਾਨੂੰ ਤੁਸੀਂ ਵੇਖਿਆ ਵਾ ਇੰਨਾ ਸੇਕ ਸੀ ਨਾ ਵਿੱਚ ਜਦੋਂ ਮੈਂ ਕੈਮਰਾ ਵਿੱਚ ਲੈ ਕੇ ਆਇਆ ਮੋਬਾਈਲ ਤੇ ਇੰਨੀ ਹੀਟ ਸੀ ਬਹਾਲ ਨਾ ਟੈਂਕੀ ਬੜੀ ਵੱਡੀ ਸੀ ਖੋਲੀ ਆ ਪਾਣੀ ਦਾ ਜ਼ਾਇਆ ਕੀਤਾ ਕਰ ਕਰਾ ਕੇ ਮਾਮਾ ਅੰਦਰੋਂ ਤੋਂ ਮਾਰ ਨਾ ਲੋਕ ਬੁਖਾਰ ਦਈਏ ਮੁੜ ਕੇ ਠੀਕਾ ਵੀ ਮਿਲ ਸਕਦਾ ਲੋ ਹੀ ਆ ਵੇਖ ਲੋ ਪਹਿਲੇ ਟੈਂਕੀ ਦਾ ਹਾਲ ਕੀ ਸੀ ਪਾਣੀ ਇੱਕ ਵਾਰੀ ਵੱਜਣਾ ਟੈਂਕੀ ਲਿਸ਼ਕ ਗਈ ਸਾਰੀ ਸਾਰੀ ਲਿਸ਼ਕ ਗਈ ਟੈਂਕੀ ਟੈਂਕੀ ਸਾਰੀ ਲਿਸ਼ਕ ਗਈ ਆ ਉਹ ਥੱਲੇ ਆਇਆ ਯਾਰ ਤੂੰ ਆਇਆ ਥੱਲੇ ਯਾਰ ਟੈਂਕੀ ਹੋ ਗਈ ਸਾਫ ਹੁਣ ਉੱਤੇ ਚੜਾਂਗੇ ਤੇ ਫੇਰ ਕਰਾਂਗੇ ਫਿੱਟ ਕੱਪੜੇ ਗੰਦੇ ਹੋ ਗਏ ਚਿੱਟਾ ਸੂਟ ਖਰਾਬ ਹੋ ਗਿਆ ਮੇਰਾ ਚਿੱਟਾ ਸੂਟ ਖਰਾਬ ਹੋ ਗਿਆ ਮੇਰਾ ਮਿੱਟੀ ਨਾਲ ਭਰ ਗਿਆ ਤੁਸੀਂ ਕਿੱਥੇ ਤੁਸੀਂ ਉਹ ਆਇਓ ਜਰਾ ਇੱਧਰ ਸਹੀ ਆ ਰਿਹਾ ਕੰਮ
ਥੋੜਾ ਅੱਗੇ ਕਰ ਯਾਰ, ਇੱਧਰ ਨੂੰ ਕਰੋ। ਹੁਣ ਮੋਟਰ ਭਰੇਗੀ, ਟੈਂਕੀ ਭਰੇਗੀ ਤੇ ਫੇਰ ਮੈਂ ਧੋਵਾਂਗਾ ਕੱਪੜੇ ਆਪਣੇ, ਠੀਕ ਹੋ ਗਿਆ। ਮੋਟਰ ਚੱਲਣ ਲੱਗੀ ਆ, ਮੋਟਰ ਚੱਲਣੀ ਆ ਤੇ ਫਿਰ ਜਿਹੜੇ ਮੇਰੇ ਕੱਪੜਿਆਂ ਦੇ ਦਾਗ ਲੱਗੇ ਆ ਨਾ, ਤੇ ਮੈਂ ਪਾਣੀ ਛਾਣੀ ਨਾਲ ਸਾਫ਼ ਕਰ ਲਾਂ, ਠੀਕ ਹੋ ਗਿਆ। ਬਾਕੀ ਉਹ ਵਿਕਾਸ ਨੇ ਵਾਹਵਾ ਮਿਹਨਤ ਕੀਤੀ ਆ ਤੇ ਵਾਹਵਾ ਟੈਂਕੀ ਚ ਵੀ ਬੜਿਆ ਰਿਹਾ, ਗਰਮੀ ਵੀ ਬਹੁਤ ਜ਼ਿਆਦਾ ਸੀ।